ਫੈਸਲੇ ਲੈ ਕੇ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਇੰਟਰਨੈਸ਼ਨਲ ਪੰਥਕ ਦਲ ਦੀ ਵਰੇਗੰਢ ਮਨਾਉਣ ਵਾਸਤੇ ਸਾਰੇ ਸਿੰਘਾਂ ਨੇ ਵਿਚਾਰਾਂ ਕੀਤੀਆਂ ਸੀ ਕਿ ਇੱਥੇ ਅਸੀਂ ਪਹੁੰਚੇ ਹਾਂ ਇੰਟਰਨੈਸ਼ਨਲ ਪੰਥਕ ਦਲ ਦੇ ਕਿਸਾਨ ਵਿੰਗ ਦਾ ਦਫ਼ਤਰ ਦਾ ਉਦਘਾਟਨ ਕਰਨਾ ਸੀ, ਜਿਨ੍ਹਾਂ ਦੇ ਪ੍ਰਧਾਨ ਭਾਈ ਕਿਰਪਾ ਸਿੰਘ ਨੂੰ ਥਾਪਿਆ ਹੋਇਆ ਹੈ। ਉਹਨਾਂ ਨੇ ਇੱਥੇ ਕਿਹੜੇ ਕਿਹੜੇ ਸੰਗਤਾਂ ਨੂੰ ਸੱਦੇ ਦਿੱਤੇ ਅਤੇ ਬਹੁਤ ਸਾਰੀਆਂ ਸੰਗਤਾਂ ਦੂਸਰਿਆਂ ਜ਼ਿਲ੍ਹਿਆਂ ਤੋਂ ਵੀ ਜਥੇਬੰਦੀ ਦੇ ਪ੍ਰਧਾਨ ਅਹੁਦੇਦਾਰ ਕਾਫੀ ਹੱਦ ਤੱਕ ਪਹੁੰਚੇ। ਕਈਆਂ ਨੂੰ ਰੋਕਿਆ ਵੀ ਗਿਆ ਸੀ ਕਿ ਇਹੋ ਜਿਹਾ ਮਾਹੌਲ ਹੈ, ਕਰੋਨਾ ਕਰਕੇ ਬਹੁਤਾ ਇਕੱਠ ਨਾ ਕਰੀਏ। ਅੱਜ ਦੋ ਮੁੱਦੇ ਸੀ, ਇੱਕ ਤਾਂ ਅਸੀਂ ਜਥੇਬੰਦੀ ਜੋ ਕਿ 1984 ਵਿੱਚ 23 ਸਤੰਬਰ ਨੂੰ ਇੰਗਲੈਂਡ ਵਿਖੇ ਬਾਲਸਾਲ ਦੇ ਅਸੀਂ ਗਰਾਊਂਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਗਰਾਊਂਡ ਵਿੱਚ ਜਥੇਬੰਦੀ ਦਾ ਐਲਾਨ ਕੀਤਾ ਸੀਗਾ। ਉਸ ਤੋਂ ਬਾਅਦ ਉਹ ਜਥੇਬੰਦੀ ਬੈਨ ਹੋ ਗਈ ਸੀ। ਬੈਨ ਖੁੱਲ੍ਹਣ ਤੋਂ ਬਾਅਦ ਵੀ ਜਥੇਬੰਦੀ ਦੇ ਕਈ ਤਰ੍ਹਾਂ ਚੜ੍ਹਾਅ ਪੜਾਅ ਆਏ, ਉਹਦੇ ਵਿੱਚ ਵੀ ਅਸੀਂ ਫਿਰ ਇੰਟਰਨੈਸ਼ਨਲ ਪੰਥਕ ਦਲ ਸਥਾਪਿਤ ਕੀਤਾ ਜੋ ਕਈ ਦੇਸ਼ਾਂ ਦੇ ਵਿੱਚ ਸਰਗਰਮੀ ਦੇ ਨਾਲ ਸੇਵਾ ਨਿਭਾ ਰਿਹਾ। ਪਿਛਲੇ ਕੁਛ ਸਮੇਂ ਤੋਂ ਅਸੀਂ ਪੰਜਾਬ ਦੇ ਵਿੱਚ ਵੀ ਪੰਜਾਬ ਇੰਟਰਨੈਸ਼ਨਲ ਪੰਥਕ ਦਲ ਦੀ ਸਥਾਪਨਾ ਕੀਤੀ। ਬੜੀ ਚੜ੍ਹਦੀ ਕਲਾ ਦੇ ਵਿੱਚ ਸਿੰਘਾਂ ਨੇ ਸੇਵਾ ਕੀਤੀ, ਜਿਸ ਦੇ ਪ੍ਰਧਾਨ ਭਾਈ ਲਖਵਿੰਦਰ ਸਿੰਘ ਨੇ, ਜਿਸ ਦੇ ਕਨਵੀਨਰ ਭਾਈ ਹਰਚੰਦ ਸਿੰਘ ਚੱਕਰ ਨੇ, 5 ਫਾਈਨਲ ਮੈਂਬਰ ਨੇ, ਹੁਣ ਜ਼ਿਲ੍ਹਿਆਂ ਦੇ ਪ੍ਰਧਾਨ ਹੈ। ਅਤੇ ਇਹਦਾ ਹੀ ਅਸੀਂ ਇੱਕ ਧਾਰਮਿਕ ਵਿੰਗ ਸਥਾਪਿਤ ਕੀਤਾ ਜਿਹਦੇ ਪ੍ਰਧਾਨ ਬਾਬਾ ਸਤਨਾਮ ਸਿੰਘ ਜੀ ਬਲੀਆਂ ਮੇਰੇ ਨਾਲ ਹੀ ਬੈਠੇ ਨੇ। ਸੋ ਇਹ ਸਾਰਾ ਸਾਡਾ ਜਿਹੜਾ ਸਿਸਟਮ ਹੈ, ਅਸੀਂ ਦੇਖੋ ਜਿਵੇਂ ਇੱਕ ਧਰਮ ਹੈ, ਸਾਡਾ ਧਰਮ ਹੈ ਮੀਰੀ ਅਤੇ ਪੀਰੀ। ਇਹਦੇ ਵਿੱਚ ਰਾਜਨੀਤੀ ਵੀ ਹੈ, ਜਿਹੜੀਆਂ ਰੋਜ਼ਮਰ੍ਹਾ ਦੀਆਂ ਲੋੜਾਂ ਉਹ ਵੀ ਹੈ, ਅਤੇ ਗੁਰਸਿੱਖੀ ਵੀ ਹੈ। ਸਾਡਾ ਜੋ ਜਿਹਨੂੰ ਅਸੀਂ ਪਰਸਨਲ ਜੀਵਨ ਕਹਿ ਲੈਂਦੇ ਹਾਂ, ਉਹ ਇੱਕ ਸਿੱਖੀ ਜੀਵਨ ਹੈ। ਇਹਦੇ 'ਤੇ ਸਾਡੀ ਵਿਚਾਰ ਹੈ ਕਿ ਅਸੀਂ ਜਿੱਥੇ ਸਾਡਾ ਧਾਰਮਿਕ ਵਿੰਗ ਹੈ, ਉਹ ਗੁਰਮਤਿ ਟ੍ਰੇਨਿੰਗ ਦੇ ਕੈਂਪ ਲਾਏਗਾ, ਗੁਰਪੁਰਬ ਮਨਾਏਗਾ, ਕਥਾ ਕੀਰਤਨ ਦੇ ਪ੍ਰਵਾਹ ਚਲਾਏਗਾ, ਅੰਮ੍ਰਿਤ ਛਕਾਏਗਾ। ਜਿਹੜਾ ਸਾਡਾ ਕਿਸਾਨ ਵਿੰਗ ਹੈ, ਕਿਸਾਨੀ ਨਾਲ ਸਮੱਸਿਆਵਾਂ ਦਾ, ਕਿਉਂਕਿ ਜੋ ਅੱਜ ਸਾਡੇ ਸਾਹਮਣੇ ਹਾਲਾਤ ਨੇ, ਦਿਨੋਂ ਦਿਨ ਪੰਜਾਬ ਦੇ ਨਾਲ ਹਰ ਸੈਂਟਰ ਸਰਕਾਰ ਨੇ ਧੱਕਾ ਕੀਤਾ ਹੈ। ਜੋ ਅਸੀਂ ਮੰਗ ਰੱਖਦੇ ਹਾਂ, ਜਿਹੜਾ ਸਾਡੇ 'ਤੇ ਕੋਈ ਨਾ ਕੋਈ ਇਹੋ ਜਿਹਾ ਕਾਨੂੰਨ ਥੋਪ ਦਿੰਦੇ ਆ, ਉਹਦਾ ਬਦਲ ਤਾਂ ਦਿੰਦੇ ਨਹੀਂ। ਪਰ ਅਸੀਂ ਚਾਹੁੰਦੇ ਹਾਂ ਕਿਸਾਨੀ ਦੇ ਬਦਲ ਵਿੱਚ ਸਾਡਾ ਜਿਹੜਾ ਕਿਸਾਨ ਵਿੰਗ ਹੈ ਇੰਟਰਨੈਸ਼ਨਲ ਪੰਥਕ ਦਲ ਦਾ, ਉਹ ਇਹਦੇ ਬਦਲ ਲਿਆਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਏਗਾ ਕਿ ਕਿਸਾਨ ਕੀ ਕਰਨ ਜਿਹੜੇ ਇਸ ਮਾਰ ਦੇ ਥੱਲੋਂ ਨਿਕਲ ਕੇ ਬਚ ਸਕਣ। ਜਿਹਦੇ ਵਿੱਚ ਮੈਂ ਕਾਨਫਰੰਸ ਦੇ ਵਿੱਚ ਵੀ ਬੇਨਤੀ ਕੀਤੀ ਹੈ ਕਿ ਅਸੀਂ ਜਿਹਦੇ ਵਿੱਚ ਫਸਲਾਂ ਦਾ ਬਦਲਾਅ ਲਈ ਐਗਰੀਕਲਚਰ ਯੂਨੀਵਰਸਿਟੀਆਂ ਨਾਲ ਅਸੀਂ ਆਪਣਾ ਸੰਬੰਧ ਸਥਾਪਿਤ ਕਰਾਂਗੇ। ਸਾਡੀਆਂ ਫਸਲਾਂ ਕਿਹੜੇ ਦੇਸ਼ਾਂ ਜਾਣ, ਕਿਹਨਾਂ ਨਾਲ ਸਾਡਾ ਡਿਪਲੋਮੈਟਿਕ ਤੌਰ 'ਤੇ ਸਾਡਾ ਸੰਬੰਧ ਬਣ ਸਕਦਾ ਹੈ, ਉਹ ਬਣਾਉਣ ਦਾ। ਕਿਉਂਕਿ ਇਸ ਆਰਡੀਨੈਂਸ ਦੇ ਵਿੱਚ ਇਹ ਵੀ ਕਹਿ ਦਿੱਤਾ ਗਿਆ ਕਿ ਤੁਸੀਂ ਆਪਣੀ ਖੇਤ ਫਸਲ ਜਿੱਥੇ ਮਰਜ਼ੀ ਵੇਚ ਲਓ, ਕਿਉਂਕਿ ਮੰਡੀਕਰਨ ਖਤਮ ਕਰ ਰਹੇ ਨੇ। ਇੱਕ ਢੰਗ ਦੇ ਨਾਲ ਕਿਸਾਨਾਂ ਦਾ ਗਲਾ ਘੁੱਟਣ ਦੀਆਂ ਸਾਰੀਆਂ ਸਕੀਮਾਂ ਇਹਨਾਂ ਨੇ ਪਾਸ ਕੀਤੀਆਂ, ਪਰ ਇਹਦੇ ਵਿੱਚੋਂ ਕਿਉਂਕਿ ਇਹ ਖਾਲਸਾ ਅਕਾਲ ਪੁਰਖ ਦੀ ਫੌਜ ਹੈ, ਇਹਨੇ ਖਤਮ ਨਹੀਂ ਹੋਣਾ, ਇਹਨੇ ਚੜ੍ਹਦੀ ਕਲਾ 'ਚ ਜਾਣਾ। ਉਹਦੇ ਵਾਸਤੇ ਅਸੀਂ ਬਦਲ ਲੱਭਦੇ ਹਾਂ ਕਿ ਹੋਣਾ ਚਾਹੀਦਾ, ਉਹ ਸਾਡਾ ਕਿਸਾਨ ਦਿਨ ਕਰੇਗਾ। ਇਸ ਵਾਸਤੇ ਇਹ ਸਾਡੇ ਸਾਰੇ ਸਮੁੱਚੀ ਜਥੇਬੰਦੀ ਦੀ ਮੰਤਰ ਹੈ। ਜਿੱਥੋਂ ਤੱਕ ਸਾਡਾ ਰਾਜਨੀਤਿਕ ਵਿੰਗ ਹੈ, ਉਹਦੇ ਭਾਈ ਲਖਵਿੰਦਰ ਸਿੰਘ ਪ੍ਰਧਾਨ ਹੈ, ਬਹੁਤ ਸਾਰੇ ਸਾਡੇ 15-16 ਜ਼ਿਲ੍ਹਿਆਂ ਦੇ ਪ੍ਰਧਾਨ ਸਥਾਪਿਤ ਕੀਤੇ ਜਾ ਸਕਦੇ ਆ, ਕੀਤੇ ਜਾ ਚੁੱਕੇ ਆ। ਅਸੀਂ 1 ਮਹੀਨੇ 1.5 ਮਹੀਨੇ ਦੇ ਵਿੱਚ ਸਾਰੇ 22 ਜ਼ਿਲ੍ਹਿਆਂ ਦੇ ਪ੍ਰਧਾਨ ਸਥਾਪਿਤ ਕਰਾਂਗੇ, ਅਤੇ ਉਹਦੇ ਵਿੱਚ ਵੀ ਅਸੀਂ ਰਾਜਨੀਤਿਕ ਤੌਰ 'ਤੇ ਵੀ ਸਿੱਖ ਸੰਗਤਾਂ ਨੂੰ ਜਾਗਰੂਕ ਕਰਨ ਵਾਸਤੇ ਵੀ ਸਾਨੂੰ ਕੀ ਕਰਨਾ ਚਾਹੀਦਾ, ਕਿਵੇਂ ਸਾਨੂੰ ਪ੍ਰੈਸ਼ਰ ਪਾਉਣਾ ਚਾਹੀਦਾ, ਕੀ ਪੰਜਾਬ ਦੀਆਂ ਮੰਗਾਂ ਹੈ, ਕਿਉਂਕਿ ਰਾਜਨੀਤਿਕ ਤੌਰ 'ਤੇ ਖੇਤਰ ਦੇ ਵਿੱਚ ਮੰਗਾਂ ਦੀ ਹੱਲ ਤਾਂ ਹੋ ਸਕਦੀ ਹੈ। ਸੋ ਇਸ ਵਾਸਤੇ ਇਹ ਸਾਡਾ ਇੰਟਰਨੈਸ਼ਨਲ ਪੰਥਕ ਦਲ ਬੜੀ ਚੜ੍ਹਦੀ ਕਲਾ ਦੇ ਵਿੱਚ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ। ਜਿੱਥੇ ਵੀ ਜਥੇਬੰਦੀ ਪ੍ਰੋਗਰਾਮ ਰੱਖਦੀ ਹੈ, ਸਾਡੀ ਆਸ ਤੋਂ ਵੱਡੇ ਇਕੱਠ ਹੁੰਦੇ ਆ। ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਬੜੀ ਚੜ੍ਹਦੀ ਕਲਾ ਦੇ ਵਿੱਚ ਅਸੀਂ ਪੂਰੀ ਸਥਾਪਤੀ ਕਰਾਂਗੇ ਪੰਜਾਬ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।